अज आपां गल करांगे पंजाब दी सोहनी सुनखी मुटियार मशहूर एंकर एक्टर ते सिंगर सतिंदर सत्ती बारी जिन्हां ने हुण तक अपने काम नाल बहुत सारे लोगों का दिल जीतिया। उन्हां दे इंस्टाग्राम अकाउंट उत्ते हुण तक 130,000 तो भी वध फॉलोअर्स ने। इस वीडियो राही असीं तुहानूं उन्हां दी लाइफ नाल जुड़ियां डूंघियां जानकारियां बारे जानकारी देवांगे। सो पूरी जानकारी लई वीडियो नाल जुड़े रहो। वीडियो शुरू होण तों पहलां चलदी चलदी वीडियो नूं लाइक ते चैनल नूं सबसक्राइब जरूर कर लिओ। सो सब तों पहलां उन्हां दा असल नाम सतिंदर कौर सी, पर दरअसल पंजाबी एक्ट्रेस प्रीति सपरू ने सतिंदर कौर की एक्टिंग देखने तो बाद उन्होंने बॉम्बे सीरियल के लिए साइन कर लिया। सतिंदर सत्ती अपने फादर साहब नाल उत्थे गई। दो चार दिन बाद प्रीति सपरू उन्होंने पंजाबी सिंगर गुरदास मान साहब को लेके गई ते कहा यह सतिंदर है। तो मान साहब ने कहा सतिंदर की होया, यह तो सत्ती है। तो फिर उत्थों ही उन्होंने नाँ के पिछे सतिंदर कौर तो सतिंदर सत्ती लग गया। जे उन्होंने जन्म बारे गल करिए सतिंदर सत्ती का जन्म 13 दसंबर 1972 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਟਾਲਾ ਵਿੱਚ ਹੋਇਆ। ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਇੱਕ ਭੈਣ ਤੇ ਇੱਕ ਭਰਾ ਹੈ ਤੇ ਸਤਿੰਦਰ ਸੱਤੀ ਸਭ ਤੋਂ ਵੱਡੀ ਹੈ। ਸਨ 2021 ਦੇ ਹਿਸਾਬ ਨਾਲ ਇਹਨਾਂ ਦੀ ਉਮਰ 49 ਸਾਲ ਹੋ ਚੁੱਕੀ ਹੈ, ਪਰ ਇਹਨਾਂ ਨੇ ਹਾਲੇ ਤੱਕ ਵਿਆਹ ਨਹੀਂ ਕਰਵਾਇਆ। ਕਿਉਂ ਨਹੀਂ ਕਰਾਇਆ? ਇਹ ਉਹਨਾਂ ਦੀ ਆਪਣੀ ਮਰਜ਼ੀ ਹੈ, ਕਿਉਂਕਿ ਉਹਨਾਂ ਨੇ ਇੱਕ ਇੰਟਰਵਿਊ ਰਾਹੀਂ ਦੱਸਿਆ ਸੀ ਕਿ ਮੈਂ ਆਪਣੀ ਜ਼ਿੰਦਗੀ 'ਚ ਕੰਮਾਂ ਕਾਰਾਂ 'ਚ ਆਪਣੀ ਫੈਮਿਲੀ ਨਾਲ ਇੰਨੀ ਬਿਜ਼ੀ ਰਹੀ ਕਿ ਮੈਨੂੰ ਵਿਆਹ ਕਰਾਉਣ ਦੀ ਲੋੜ ਮਹਿਸੂਸ ਹੀ ਨਹੀਂ ਹੋਈ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਵਧੀਆ ਸੋਚ ਵਾਲਾ ਚੰਗਾ ਪਾਰਟਨਰ ਮਿਲਿਆ ਤਾਂ ਉਹ ਵਿਆਹ ਬਾਰੇ ਜ਼ਰੂਰ ਸੋਚੇਗੀ, ਪਰ ਉਹਨਾਂ ਨੇ ਫਿਲਹਾਲ ਹਲੇ ਤੱਕ ਵਿਆਹ ਨਹੀਂ ਕਰਵਾਇਆ। ਜੇ ਉਹਨਾਂ ਦੀ ਹਾਈਟ ਬਾਰੇ ਗੱਲ ਕਰੀਏ ਤਾਂ ਉਹਨਾਂ ਦੀ ਹਾਈਟ ਤਕਰੀਬਨ 5'6" ਦੇ ਕਰੀਬ ਹੈ। ਉਹਨਾਂ ਨੇ RR ਬਾਵਾ DAV ਕਾਲਜ ਬਟਾਲਾ ਤੋਂ ਗ੍ਰੈਜੂਏਸ਼ਨ ਕੰਪਲੀਟ ਕੀਤੀ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ LLM ਦੀ ਡਿਗਰੀ ਹਾਸਲ ਕੀਤੀ। ਉਹਨਾਂ ਨੇ 7ਵੀਂ 8ਵੀਂ ਕਲਾਸ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਫਿਰ ਸਕੂਲ ਕਾਲਜ ਦੇ ਹਰ ਪ੍ਰੋਗਰਾਮ 'ਚ ਉਹ ਸਟੇਜ ਉੱਤੇ ਪਰਫੋਰਮ ਕਰਨ ਲਈ ਸਭ ਤੋਂ ਅੱਗੇ ਹੁੰਦੀ ਸੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ LLB ਫਸਟ ਈਅਰ ਕਰ ਰਹੀ ਸੀ ਤਾਂ ਉਸੇ ਵੇਲੇ ਉਹਨਾਂ ਨੂੰ ਇੱਕ ਯੂਥ ਫੈਸਟੀਵਲ ਵਿੱਚ ਡਾਕਟਰ ਲਖਵਿੰਦਰ ਜੌਹਲ ਨੇ ਐਂਕਰਿੰਗ ਕਰਦੇ ਹੋਏ ਦੇਖਿਆ। ਉਹਨਾਂ ਨੂੰ ਸਤਿੰਦਰ ਸੱਤੀ ਦੀ ਐਂਕਰਿੰਗ ਵਧੀਆ ਲੱਗੀ ਤੇ ਉਹਨਾਂ ਨੇ ਸਤਿੰਦਰ ਸੱਤੀ ਨੂੰ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਲਿਸ਼ਕਾਰਾ ਵਿੱਚ ਐਂਕਰਿੰਗ ਕਰਨ ਲਈ ਬੁਲਾਇਆ। ਸੋ ਪ੍ਰੋਫੈਸ਼ਨਲ ਤੌਰ ਤੇ ਉਹਨਾਂ ਨੇ ਲਿਸ਼ਕਾਰਾ ਪ੍ਰੋਗਰਾਮ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਫਿਰ ਉਹਨਾਂ ਨੂੰ ਅਜੀਤ ਗਰੁੱਪ ਆਫ ਪਬਲੀਕੇਸ਼ਨ ਵੱਲੋਂ ਕਰਵਾਏ ਜਾ ਰਹੇ ਬਹੁਤ ਵੱਡੇ ਪ੍ਰੋਗਰਾਮ ਵਿੱਚ ਸਟਾਰ ਨਾਈਟ ਅਟੈਂਡ ਕਰਨ ਦਾ ਮੌਕਾ ਮਿਲਿਆ, ਜਿੱਥੇ ਮੰਗਲ ਢਿੱਲੋਂ, ਗੁਰਦਾਸ ਮਾਨ, ਮਲਕੀਤ ਸਿੰਘ ਤੇ ਪ੍ਰੀਤੀ ਸਪਰੂ ਵਰਗੇ ਮਸ਼ਹੂਰ ਕਲਾਕਾਰ ਆਏ ਹੋਏ ਸੀ। ਉੱਥੇ ਵੀ ਉਹਨਾਂ ਨੇ ਆਪਣੀ ਐਂਕਰਿੰਗ ਦੇ ਜਲਵੇ ਦਿਖਾਏ। ਇਸ ਪ੍ਰੋਗਰਾਮ ਦੀਆਂ ਵਰਲਡ ਵਾਈਡ ਸੀਰੀਜ਼ ਬਣੀਆਂ ਤੇ ਬਹੁਤ ਜ਼ਿਆਦਾ ਪਾਪੂਲਰ ਹੋਈਆਂ, ਜਿਸ ਕਰਕੇ ਸਤਿੰਦਰ ਸੱਤੀ ਨੂੰ ਲੋਕ ਜਾਣਨ ਲੱਗ ਪਏ, ਉਹ ਸਟਾਰ ਬਣ ਗਈ। ਇਹ ਪ੍ਰੋਗਰਾਮ ਉਹਨਾਂ ਦੇ ਕੈਰੀਅਰ ਦਾ ਟਰਨਿੰਗ ਪੁਆਇੰਟ ਰਿਹਾ। ਇੱਧਰ ਐਂਕਰਿੰਗ ਦੇ ਨਾਲ ਨਾਲ ਉਹ ਪੜ੍ਹਾਈ ਵੀ ਕਰ ਰਹੀ ਸੀ, ਕਿਉਂਕਿ ਉਹਨਾਂ ਦੇ ਪਿਤਾ ਚਾਹੁੰਦੇ ਸੀ ਕਿ ਉਹ LLM ਜ਼ਰੂਰ ਕੰਪਲੀਟ ਕਰੇ। ਪਰ LLM ਕੰਪਲੀਟ ਹੋਣ ਤੱਕ ਉਹਨਾਂ ਦੀ ਫੈਨ ਫੋਲੋਇੰਗ ਬਹੁਤ ਵੱਧ ਗਈ ਸੀ, ਉਹਨਾਂ ਨੂੰ ਹੋਰ ਨਵਾਂ ਕੰਮ ਮਿਲ ਰਿਹਾ ਸੀ। ਤਾਂ ਉਸ ਵੇਲੇ ਉਹਨਾਂ ਕੋਲ ਦੋ ਰਸਤੇ ਸੀ, ਜਾਂ ਤਾਂ ਉਹ ਵਕੀਲਾਂ ਨੂੰ ਪੜ੍ਹਾਉਣ ਵਾਲੀ ਟੀਚਰ ਬਣ ਸਕਦੀ ਸੀ ਜਾਂ ਫਿਰ ਐਂਕਰਿੰਗ ਕਰ ਸਕਦੀ ਸੀ। ਤਾਂ ਫਿਰ ਉਹਨਾਂ ਨੇ ਐਂਕਰਿੰਗ ਕਰਨਾ ਹੀ ਚੰਗਾ ਸਮਝਿਆ, ਕਿਉਂਕਿ ਇਸ ਨਾਲ ਉਹਨਾਂ ਨੂੰ ਸਕੂਨ ਮਿਲਦਾ ਸੀ। ਇਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਐਂਕਰਿੰਗ ਕੀਤੀ, ਜਿੱਦਾਂ ਕਿ ਕੁਝ ਪਲ ਤੇਰੇ ਨਾਮ, ਐਕਸਕਿਊਜ਼ ਮੀ ਪਲੀਜ਼, ਲਿਸ਼ਕਾਰਾ, ਦਿਲ ਦੀਆਂ ਗੱਲਾਂ, ਚਾਹ ਦਾ ਕੱਪ। ਤੇ ਇਸੇ ਸਾਲ 2021 ਨੂੰ ਉਹ ਸ਼ਾਨ ਏ ਪੰਜਾਬ ਅਵਾਰਡਸ 2021 ਵਿੱਚ ਵੀ ਨਜ਼ਰ ਆਏ। ਜੇ ਉਹਨਾਂ ਦੇ ਸਿੰਗਿੰਗ ਕੈਰੀਅਰ ਦੀ ਗੱਲ ਕਰੀਏ ਤਾਂ ਸਨ 2007 ਨੂੰ ਉਹਨਾਂ ਦੀ ਪਹਿਲੀ ਐਲਬਮ ਰਿਲੀਜ਼ ਹੋਈ, ਜਿਸਦਾ ਨਾਂ ਸੀ ਪੀਂਗ। ਇਸ ਤੋਂ ਬਾਅਦ 2009 'ਚ ਮੋਹ ਮਾਈ ਲਵ, 2012 'ਚ ਰੂਬਰੂ ਤੇ ਸਨ 2018 'ਚ ਦਿਲਦਾਰ ਪੰਜਾਬੀ ਐਲਬਮਸ ਮਾਰਕੀਟ ਵਿੱਚ ਆਈਆਂ। ਇਸ ਤੋਂ ਇਲਾਵਾ ਉਹਨਾਂ ਦੇ ਸਿੰਗਲ ਟਰੈਕਸ ਵੀ ਆਏ, ਜਿੱਦਾਂ ਕਿ ਪੂਣੀਆਂ, ਤੇਰੇ ਵਾਲੀ ਸਰਦਾਰਨੀ ਤੇ ਗੁਲਾਬੀ ਪੱਗ। ਸਨ 2002 ਦੇ ਵਿੱਚ ਉਹਨਾਂ ਨੇ ਪੰਜਾਬੀ ਐਕਟਰ ਹਰਭਜਨ ਮਾਨ ਦੀ ਫਿਲਮ ਜੀ ਆਇਆਂ ਨੂੰ ਵਿੱਚ ਐਕਟਿੰਗ ਕੀਤੀ ਤੇ ਫਿਰ ਸਨ 2015 'ਚ ਮਾਈ ਸੈਲਫ ਪੈਂਡੂ ਤੇ ਸਨ 2018 'ਚ ਰੇੜੂਆ ਫਿਲਮ 'ਚ ਕੰਮ ਕੀਤਾ। ਸਤਿੰਦਰ ਸੱਤੀ ਨੂੰ ਕਵਿਤਾਵਾਂ ਤੇ ਲੇਖ ਵਗੈਰਾ ਲਿਖਣ ਦਾ ਵੀ ਬਹੁਤ ਸ਼ੌਂਕ ਹੈ। ਉਹਨਾਂ ਨੇ ਪੰਜਾਬੀ ਸਾਹਿਤ ਲਈ ਇੱਕ ਕਿਤਾਬ ਵੀ ਲਿਖੀ, ਜਿਸਦਾ ਟਾਈਟਲ ਹੈ ਅੰਜੰਮਿਆ ਬੋਟ। ਸੋ ਇਹ ਸੀ ਪੰਜਾਬੀ ਆਰਟਿਸਟ ਸਤਿੰਦਰ ਸੱਤੀ ਦੀ ਬਾਇਓਗ੍ਰਾਫੀ। ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੀ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਦੋਸਤੋ, ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਉਦੋਂ ਤੱਕ ਰੱਬ ਰਾਖਾ।